ਦੋਵਾਂ ਫੋਰਮਾਂ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਉਹਦਾ ਅੱਜ 20ਵਾਂ ਦਿਨ ਹੈਗਾ, ਜਿਹੜਾ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਚੱਲ ਰਿਹਾ। ਇੱਕ ਬਾਰਡਰ ਹੋਰ ਖੋਲ੍ਹਣ ਦਾ ਫੈਸਲਾ ਕੀਤਾ, ਉਹ ਵੀ ਚਲਾਵਾਂਗੇ, ਇਹ ਸਾਰੇ ਬਾਰਡਰ ਚੱਲਣਗੇ। ਸਰਕਾਰ ਆਪਦੇ ਏਜੰਟਾਂ ਰਾਹੀਂ ਪ੍ਰਚਾਰ ਕਰਨ 'ਤੇ ਲੱਗੀ ਹੋਈ ਆ, ਇਹ ਮੋਰਚਾ ਘੱਟ ਰਿਹਾ, ਮੋਰਚਾ ਵੱਧ ਰਿਹਾ ਹੈਗਾ, ਔਰ ਇਹ ਤੀਜਾ ਬਾਰਡਰ ਕਿੱਦਾਂ ਚਲਾਉਣਗੇ ਪੂਰਾ ਜ਼ੋਰ ਲੱਗ ਰਿਹਾ, ਪਰ ਇਹ ਚੱਲੂਗਾ। ਜਿਹੜਾ ਕੱਲ੍ਹ ਸੁਨੀਲ ਜਾਖੜ ਜੀ ਦਾ ਬਿਆਨ ਆਇਆ, ਦੇਖੋ ਉਹਨਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਹ ਕਿਉਂ ਬੰਦ ਕੀਤੇ, ਇੱਕ ਸ਼ਬਦ ਨਹੀਂ ਬੋਲਿਆ। 70,000 ਅਰਧ ਸੈਨਿਕ ਫੋਰਸ ਹਰਿਆਣੇ ਵਿੱਚ ਕਿਉਂ ਲਾਏ ਗਏ, ਉਹ 'ਤੇ ਇੱਕ ਸ਼ਬਦ ਨਹੀਂ ਲਾਇਆ। ਪੰਜਾਬ ਦੀ ਟੈਰੀਟਰੀ 'ਚ ਵੜ ਕੇ ਜਿਵੇਂ 500 ਤੋਂ ਵੱਧ ਨੌਜਵਾਨ ਜ਼ਖਮੀ ਕੀਤੇ ਆ, ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ ਗਈ। ਸ਼ੁਭਕਰਨ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ, ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਿਵੇਂ ਪਹਿਲੋਂ ਜਾਨੀ ਜੀ ਅਤੇ ਗਰੇਵਾਲ ਸਾਹਿਬ ਮੋਰਚਾ ਸਾਂਭਦੇ ਸੀ, ਹੁਣ ਪੰਜਾਬ ਭਾਜਪਾ ਪ੍ਰਦੇਸ਼ ਅਧਿਆਕਸ਼ ਨੇ ਇਹ ਫੈਸਲਾ ਹੁਣ ਕੀਤਾ ਵੀ ਮੈਂ ਅੱਗੇ ਆ ਕੇ ਬੋਲਾਂ। ਔਰ ਜਿਹੜੀ ਉਹ ਗੱਲ ਕਹਿ ਰਹੇ ਆ ਪੰਜਾਬ ਨਾਲੋਂ, ਦੇਸ਼ ਨਾਲੋਂ ਪੰਜਾਬ ਨੂੰ ਅੱਡ ਕਰ ਰਹੇ ਆ ਕਿ ਸਾਡਾ ਹੱਕ ਨਹੀਂ ਹੈਗਾ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਕਰ ਸਕੀਏ। ਉਹ ਕਹਿੰਦੇ ਆ ਵੀ ਇਹ ਨੌਜਵਾਨਾਂ ਨੂੰ ਭੜਕਾ ਰਹੇ ਆ, ਔਰ ਕਿਸਾਨ ਜਿਹੜੇ ਆਗੂਆਂ ਦਾ ਜਿਹੜਾ ਕਰੈਕਟਰ ਆ ਉਹ ਖਰਾਬ ਕਰਨ ਦੀ ਗੱਲ ਕੀਤੀ। ਕਾਹਦੇ ਲਈ ਕਿ MSP ਲੀਗਲ ਗਰੰਟੀ ਕਾਨੂੰਨ ਲੈਣਾ, ਕਿਸੇ ਨੂੰ ਭੜਕਾਉਣਾ ਹੈਗਾ, ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਕਿਸੇ ਨੂੰ ਭੜਕਾਉਣਾ ਹੈਗਾ, C2 50% ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਕਿਸੇ ਨੂੰ ਭੜਕਾਉਣਾ ਹੈਗਾ। ਤੁਸੀਂ ਬੋਲਿਆ ਵੀ ਸਰਕਾਰ ਆਪਣੇ ਪੱਧਰ 'ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ, ਇਹ ਮੰਗ ਕਰਨੀ ਚਾਹੀਦੀ, ਇਹ ਤਾਂ ਮੰਗ ਸਾਡੀ ਮੁੱਖ ਮੰਗਾਂ 'ਚੋਂ ਹੈਗੀ, ਤੁਹਾਨੂੰ ਵੈਸੇ ਨਹੀਂ ਪਤਾ ਹੈਗਾ। ਸੋ ਜਾਖੜ ਜੀ ਜੇ ਆਤਮਾ ਕਿਤੇ ਜਾਗਦੀ ਹੈਗੀ ਆ, ਅਤੇ ਭਾਜਪਾ ਤੋਂ ਅਸਤੀਫਾ ਦੇ ਕੇ ਬਾਹਰ ਤੁਸੀਂ ਕਹਿੰਦੇ, ਜੇ ਸਾਰੇ ਕਹਿੰਦੇ, ਕਿਹੜਾ ਕਿਸਾਨ ਸੰਗਠਨ ਨਹੀਂ ਕਹਿੰਦਾ ਵੀ 23 ਫਸਲਾਂ 'ਤੇ ਸਾਨੂੰ MSP ਲੀਗਲ ਗਰੰਟੀ ਕਾਨੂੰਨ ਨਾ ਮਿਲੇ, ਬਣਾ ਦਿਓ ਦਿੱਲੀ ਜਾ ਕੇ। ਸੋ ਇਸ ਕਰਕੇ ਗੁੰਮਰਾਹ ਕਰਨਾ ਵੀ ਇਹ ਅਸੀਂ ਸਾਰੇ ਦੇਸ਼ ਦੀ ਮੰਗ ਕਿਉਂ ਚੁੱਕ ਰਹੇ, ਸਾਰੇ ਦੇਸ਼ ਦੀ ਮੰਗ ਚੁੱਕਣਾ ਗੁਨਾਹ ਹੈਗਾ, ਕਿਹੜੇ ਗੁਨਾਹ 'ਚ ਆਉਂਦਾ ਹੈਗਾ। ਤੋ ਇਸ ਕਰਕੇ ਸਾਰੇ ਦੇਸ਼ ਦਾ ਮੁੱਦਾ ਸਾਂਝਾ ਹੈਗਾ, ਤੁਹਾਡੀ ਸਰਕਾਰ WTO ਤੋਂ ਬਾਹਰ ਆਵੇ, ਖੇਤੀ ਸੈਕਟਰ ਨੂੰ ਬਾਹਰ ਕਰੇ। ਔਰ ਮੈਂ ਨਹੀਂ ਕਹਿੰਦਾ ਜਾਖੜ ਸਾਹਿਬ, ਪੰਜਾਬੀਆਂ ਨੂੰ ਗੁੰਮਰਾਹ ਕਰਨਾ, ਮੋਦੀ ਸਰਕਾਰ ਨੂੰ ਬਚਾਉਣਾ, ਔਰ ਜਿਹੜਾ ਉਹਦੇ ਮੱਥੇ 'ਤੇ ਕਲੰਕ ਲੱਗ ਗਿਆ ਉਹ ਤੁਹਾਡੇ ਕੋਲ ਧੋਇਆ ਵੀ ਧੁਲਿਆ ਨਹੀਂ ਜਾਣਾ ਚਾਹੀਦਾ। ਜੇ ਸੱਚੇ ਹੋ ਤਾਂ ਕਿਸਾਨਾਂ ਵਾਲੇ ਪਾਸੇ ਤੁਹਾਨੂੰ ਖੜਨਾ ਚਾਹੀਦਾ। ਜਿਹੜਾ KMM ਅਤੇ SKM ਗੈਰ ਰਾਜਨੀਤਿਕ ਵੱਲੋਂ ਮੋਰਚਾ ਚੱਲ ਰਿਹਾ, ਅੱਜ ਉਹਨੂੰ 20ਵਾਂ ਦਿਨ ਹੋ ਗਿਆ ਵਾ, ਔਰ ਮੋਰਚਾ ਚੜ੍ਹਦੀ ਕਲਾ ਵਿੱਚ ਲੋਕ ਵੱਧ ਰਹੇ ਆ, ਕੌਨਫੀਡੈਂਸ ਆ, ਵਿਸ਼ਵਾਸ 'ਚ ਹੈਗੇ ਆ। ਤੋ ਮੋਦੀ ਸਰਕਾਰ ਆਪਦੇ ਚੈਨਲਾਂ ਰਾਹੀਂ, ਖਾਸ ਕਿਸਮ ਦੇ ਲੋਕਾਂ ਰਾਹੀਂ, ਇੱਕ ਖਾਸ ਕਿਸਮ ਦੀ ਵਿਚਾਰਧਾਰਾ ਵਾਲੇ ਜਿਹੜੇ ਸਰਕਾਰੀ ਟਾਊਟ ਹੈਗੇ ਉਹਨਾਂ ਰਾਹੀਂ ਇਹ ਪ੍ਰਚਾਰ ਕਰਨ ਦਾ ਯਤਨ ਕਰ ਰਹੀ ਹੈਗੀ ਆ ਵੀ ਜੀ ਹੁਣ ਕੋਡ ਆਫ ਕੰਡਕਟ ਲੱਗ ਜਾਣਾ, ਮੋਰਚਾ ਚੱਲਣਾ ਨਹੀਂ ਹੈਗਾ ਜੀ, ਫਿਰ ਇਹਨਾਂ ਨੂੰ ਮੋਰਚਾ ਵਾਪਸ ਲੈ ਲੈਣਾ ਚਾਹੀਦਾ ਜੀ, ਫਿਰ ਤਿਆਰੀ ਕਰਕੇ ਆਉਣੀ ਚਾਹੀਦੀ ਵੀ ਕਿਉਂ ਨਹੀਂ ਮੋਰਚਾ ਚੱਲਣਾ। ਐਡਾ ਵੱਡਾ ਦੇਸ਼ ਦੁਨੀਆ ਦਾ ਜਿਹੜਾ ਮੋਰਚਾ ਬਣ ਗਿਆ ਵਾ, ਜੇ ਸਾਨੂੰ 76 ਸਾਲਾਂ ਜਿਹੜੀਆਂ ਮੰਗਾਂ ਨਹੀਂ ਪ੍ਰਾਪਤ ਹੋਈਆਂ, ਜੇ ਅਸੀਂ ਸਾਲ ਸੰਘਰਸ਼ ਵੀ ਕਰ ਲਈਏ, ਜੇ ਮੰਗਾਂ ਪ੍ਰਾਪਤ ਹੋ ਜਾਣ, ਇਹ ਕਿਤੇ ਛੋਟੀ ਗੱਲ ਆ। ਇਹ ਵੀ ਕਈ ਚੈਨਲ ਕਰ ਰਹੇ ਆ ਵੀ ਜੇ ਇਸਰਾਇਲ ਤੋਂ ਵੱਡਾ ਹਮਲਾ ਕਰੂਗੀ ਮੋਦੀ ਸਰਕਾਰ, ਜੇ ਜਿੱਤ ਕੇ ਆ ਗਈ, ਫਿਰ ਜੇ ਘਰਾਂ 'ਚ ਵੜੇ ਹੋਵਾਂਗੇ ਤਾਂ ਫਿਰ ਇਹਦਾ ਮੁਕਾਬਲਾ ਕਰ ਲਾਂਗੇ, ਕਿ ਜਾਂ ਫਿਰ ਸੰਘਰਸ਼ ਵਿੱਚ ਰਹਿ ਕੇ ਮੋਦੀ ਸਰਕਾਰ ਦਾ ਹਰ ਜ਼ਬਰ ਦਾ ਮੁਕਾਬਲਾ ਕੀਤਾ ਜਾ ਸਕਦਾ। ਦੂਸਰਾ, ਜਾਣੀ ਭਾਜਪਾ ਨੂੰ ਕੀ ਸੂਟ ਕਰਦਾ, ਮੋਦੀ ਨੂੰ ਕੀ ਸੂਟ ਕਰਦਾ ਵੀ ਉਹ ਅਸਲ ਦਿੱਲੀ ਦੇ ਖਿਲਾਫ ਚੱਲ ਰਹੇ ਅੰਦੋਲਨ ਤੋਂ ਮਸਲੇ ਨੂੰ ਡੀਰੇਲ ਕਰੇ, ਔਰ ਕਿਸਾਨ ਆਗੂਆਂ ਦੇ ਆਪਸੀ ਬਿਆਨਬਾਜ਼ੀ ਨੂੰ ਚੈਨਲਾਂ 'ਤੇ ਉਛਾਲੇ, ਬਹੁਤ ਸਾਰੇ ਚੈਨਲ ਇਹ ਉਛਾਲਣ ਦਾ ਯਤਨ ਕਰ ਰਹੇ ਆ। ਸਵਾਲ ਤਾਂ ਭਾਈ ਸੱਤਾ ਤੋਂ ਹੋਣੇ ਚਾਹੀਦੇ ਨਾ, ਸੱਤਾ ਸਾਡੀ ਗੱਲ ਨਹੀਂ ਮੰਨ ਰਹੀ, ਉਹਨਾਂ ਤੋਂ ਹੋਣੇ ਚਾਹੀਦੇ ਨਾ। ਤੋ ਇਸ ਕਰਕੇ ਇਹ ਪ੍ਰਸੈਪਸ਼ਨ ਵੀ ਦੂਜੀ
ਜਿਹੜੇ ਇਕੱਲਾ ਦੋ ਜਥੇਬੰਦੀਆਂ ਦਾ ਨਾਂ ਲਿਆ ਜਾਂਦਾ, ਦੋ ਆਗੂਆਂ ਦਾ, ਸਰਵਣ ਸਿੰਘ ਪੰਧੇਰ ਔਰ ਡੱਲੇਵਾਲ ਸਾਹਿਬ ਦਾ, ਇਹ ਦੋ ਨਹੀਂ, ਇਹ KM ਦੇ ਵਿੱਚ 100 ਜਥੇਬੰਦੀਆਂ ਨੇ ਦੇਸ਼ ਦੀਆਂ, ਔਰ SKM ਗੈਰ ਰਾਜਨੀਤਿਕ ਵਿੱਚ ਹੀ 100 ਜਥੇਬੰਦੀਆਂ ਨੇ। ਅਤੇ ਜਿਹੜਾ ਸਾਡਾ ਰੇਲ ਰੋਕੋ, ਜੇ ਤੁਹਾਨੂੰ ਦੇਸ਼ ਭਰ 'ਚ ਪਤਾ ਲੱਗ ਜੂਗਾ ਦੇਸ਼ ਭਰ 'ਚ ਅੰਦੋਲਨ ਕਿਵੇਂ ਫੈਲ ਰਿਹਾ ਹੈਗਾ, ਚੱਲ ਰਿਹਾ ਹੈਗਾ। ਦੂਸਰਾ ਕਿ ਮਨਜੀਤ ਸਿੰਘ ਰਾਏ ਵੱਡਾ ਚਿਹਰਾ ਨਹੀਂ ਹੈਗੇ, ਜਿਹੜੇ ਕਹਿ ਰਹੇ ਆ ਕਿ ਆਪਣਾ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਜੀ ਬੈਰੂ ਵੱਡਾ ਚਿਹਰਾ ਨਹੀਂ ਹੈਗੇ, ਕਿ ਬਲਦੇਵ ਸਿੰਘ ਜੀ ਸਿਰਸਾ ਉਹ ਵੱਡਾ ਚਿਹਰੇ ਪੁਰਾਣੇ ਅੰਦੋਲਨ ਦੇ ਇਹਦੇ ਵਿੱਚ ਨਹੀਂ, ਕਿ ਸਰਜੀਤ ਸਿੰਘ ਫੂਲ ਵੱਡਾ ਚਿਹਰਾ ਨਹੀਂ ਹੈਗੇ। ਤੋ ਸਾਡੇ ਕੋਲ 12 ਕਿਸਾਨ ਜਥੇਬੰਦੀਆਂ ਉਹ ਨੇ ਜਿਹੜੀਆਂ ਪਹਿਲੀਆਂ 32 ਜਥੇਬੰਦੀਆਂ 'ਚ ਰਹਿੰਦੀਆਂ ਰਹੀਆਂ। ਤੋ ਇਹ ਦੋ ਆਗੂਆਂ ਦਾ, ਛੋਟੀ ਲੀਡਰਸ਼ਿਪ ਦਾ ਵਾਅਦਾ ਕੀਤਾ ਜਾ ਰਿਹਾ, ਉਹ ਸਾਰੇ ਸਾਡੇ ਕੋਲ ਲੀਡਰ ਦੇਸ਼ ਲੈਵਲ 'ਤੇ ਵੱਡੇ ਨੇ, ਸਾਰੇ ਦੱਸੇ ਜਾ ਰਹੇ ਨੇ। ਤੋ ਇਸ ਕਰਕੇ ਇਸ ਪਰਸੈਪਸ਼ਨ ਤੋਂ ਲੋਕ ਧਿਆਨ ਦੇਣ ਵੀ ਜਿਹੜੇ ਅੰਦੋਲਨ ਤੋਂ ਦੁਖੀ ਹੋਏ ਭਾਜਪਾ ਦੇ ਟਾਊਟ ਨੇ, ਉਹ ਪੂਰਾ ਜ਼ੋਰ ਲਾ ਰਹੇ ਨੇ, ਪੂਰੀ ਜ਼ੋਰ ਨਾਲ ਜਿਹੜਾ ਵਾ ਇਹ ਜਿਹੜਾ ਵਾ ਗੱਲ ਚਲਾ ਰਹੇ ਵੀ ਮੋਰਚਾ ਕਿਵੇਂ ਨਾ ਕਿਵੇਂ ਫੇਲ ਹੋ ਜਾਵੇ। ਇਹਦਾ ਜਵਾਬ ਅਸੀਂ ਇਕੱਲੇ ਨਹੀਂ ਦੇ ਸਕਦੇ, ਸਾਰੇ ਪੰਜਾਬੀਆਂ ਨੂੰ, ਨੌਜਵਾਨਾਂ ਨੂੰ, ਉਹਨਾਂ ਚੈਨਲਾਂ ਨੂੰ, ਉਹਨਾਂ ਨੂੰ ਮਿਲ ਕੇ ਦੇਣਾ ਪਊ, ਉਹਦੇ ਥੱਲੇ ਕਮੈਂਟ ਕਰਕੇ ਦੇਣਾ ਪਊ। ਮੋਰਚਾ ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਵਿੱਚ ਜਾਰੀ ਰਹੂਗਾ। ਕੋਲੋਂ ਕੱਲ੍ਹ ਸ਼ਹੀਦ ਸੁਭਕਰਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਹੀਦੀ ਸਮਾਗਮ ਜਿਹੜਾ ਐਲਾਨ ਕੀਤਾ ਵਾ, ਸਰਕਾਰ ਕਹਿ ਰਹੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਜਿੱਦਾਂ ਮਰਜ਼ੀ ਚਲੇ ਜਾਓ, ਪਰ ਪੰਜਾਬ ਵਾਲੇ ਅਸੀਂ ਦਿੱਲੀ ਜਾਣ 'ਤੇ ਕਾਇਮ ਹੈਗੇ ਹਾਂ। ਉਦੋਂ ਪੰਜਾਬ ਹਰਿਆਣਾ ਦਿੱਲੀ ਜਾਊਗਾ ਟਰੈਕਟਰ ਟਰਾਲੀਆਂ 'ਤੇ ਜਦੋਂ ਰਾਹ ਸਰਕਾਰ ਰਾਹ ਖੁੱਲ੍ਹੇ ਦਊਗੀ, ਅਸੀਂ ਉਸ ਗੱਲ 'ਤੇ ਕਾਇਮ ਹਾਂ। ਬਹੁਤ ਸਾਰੇ ਸੂਬੇ ਸਾਡੇ ਆ ਉਹ ਟਰੈਕਟਰ ਟਰਾਲੀਆਂ 'ਤੇ ਆ ਹੀ ਨਹੀਂ ਸਕਦੇ, ਬਹੁਤ ਸਾਰੇ ਇਹੋ ਜਿਹੇ ਖੇਤਰ ਆ ਉਹ ਚੱਲ ਕੇ ਆ ਸਕਦੇ ਆ। ਤੋ ਦੂਜੇ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਫੈਸਲਾ ਕੀਤਾ ਵੀ ਤੁਸੀਂ 6 ਮਾਰਚ ਨੂੰ ਚਾਹੇ ਟ੍ਰੇਨਾਂ ਰਾਹੀਂ, ਚਾਹੇ ਬੱਸਾਂ ਰਾਹੀਂ, ਚਾਹੇ ਉਹ ਪੈਦਲ ਚੱਲ ਕੇ ਵੀ, ਬਹੁਤ ਸਾਰੇ ਪੈਦਲ ਵੀ ਚੱਲ ਸਕਦੇ, ਉਹਨਾਂ ਦੇ ਰਾਹਾਂ 'ਤੇ ਉਹ ਦਿੱਲੀ ਜਾਣਗੇ। ਹੁਣ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਨਾ, ਪਹਿਲਾਂ ਵੀ ਟ੍ਰੇਨਾਂ 'ਤੇ ਆਏ ਕਿਸਾਨਾਂ ਨੂੰ ਦਿੱਲੀ 'ਚ ਗ੍ਰਿਫਤਾਰ ਕੀਤਾ ਸੀਗਾ। ਜਾਂ ਸਰਕਾਰ ਐਲਾਨ ਕਰ ਦੇਵੇ ਵੀ ਠੀਕ ਆ, ਦੇਸ਼ ਦੇ ਦੂਜੇ ਕਿਸਾਨ ਆ ਕੇ ਜੰਤਰ ਮੰਤਰ 'ਤੇ ਮੋਰਚਾ ਲੜਨ, ਸਾਨੂੰ ਕੋਈ ਤਰਾਜ ਨਹੀਂ ਪਤਾ ਲੱਗ ਜੂ। ਤੋ ਜੇ ਸਰਕਾਰ ਦਿੱਲੀ ਦੇ ਵਿੱਚ ਦੂਜਿਆਂ ਸੂਬਿਆਂ ਨੂੰ, ਜਿਨ੍ਹਾਂ ਨੇ ਹੋਰਨਾਂ ਥਾਵਾਂ 'ਤੇ ਆਉਣਾ, ਜੰਤਰ ਮੰਤਰ 'ਤੇ ਮੋਰਚਾ ਲਾਉਣ ਦੂਗੀ, ਇੱਕ ਮੋਰਚਾ ਉੱਥੇ ਚੱਲ ਜੂਗਾ, ਸਾਡੇ ਵਾਲਾ ਮੋਰਚਾ ਇੱਥੇ ਚੱਲੂਗਾ। ਇੱਕ ਤਾਂ ਇਹ ਐਲਾਨ ਹੈਗਾ ਜਿਹਨੂੰ ਕਈ ਮੀਡੀਆ ਦੇ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ। ਦੂਸਰਾ, ਅਸੀਂ ਇੱਕ ਤੀਜਾ ਮੋਰਚਾ ਹੋਰ ਡੱਬ ਵਾਲੀ 'ਤੇ ਖੋਲ੍ਹਣ ਜਾ ਰਹੇ ਹਾਂ, ਉਹ ਵੀ ਤੁਹਾਡੇ ਸਾਹਮਣੇ ਆਜੂਗਾ। ਜਾਂ ਕਿ ਜਿਹੜਾ 10 ਮਾਰਚ ਦਾ ਐਲਾਨ ਹੈਗਾ 4 ਘੰਟੇ ਦਾ ਰੇਲਾਂ ਜਾਮ ਕਰਨ ਦਾ, ਉਹ ਦੇਸ਼ ਪੱਧਰ 'ਤੇ ਆ, ਉੱਥੇ ਸਾਰੇ ਥਾਵਾਂ 'ਤੇ 12 ਤੋਂ 4 ਵਜੇ ਤੱਕ ਜਿਹੜਾ ਵਾ ਇਹ ਕਰਾਂਗੇ। ਮੋਦੀ ਸਰਕਾਰ ਆਪਦੇ ਮੀਡੀਆ ਦੇ ਥਰੂ ਪੂਰੇ ਜ਼ੋਰ ਨਾਲ ਪ੍ਰਚਾਰ ਕਰਨ 'ਤੇ ਲੱਗੀ ਹੋਈ ਆ, ਉਹਨੂੰ ਲੱਗਦਾ ਵੀ ਇਹਨਾਂ ਦਾ ਮੁੱਦਾ ਡੀਰੇਲ ਕਰੀਏ। ਪ੍ਰਧਾਨ ਮੰਤਰੀ ਜੀ ਉਹ 2047 ਦਾ ਪਲੈਨ ਦੁਨੀਆ ਦੇ ਸਾਹਮਣੇ ਰੱਖ ਰਹੇ ਹੈਗੇ ਆ, ਪਰ ਅਸੀਂ ਕਹਿੰਦੇ ਵੀ ਆਪਾਂ 19 ਤੋਂ ਲੈ ਕੇ 24 ਦਾ ਹਿਸਾਬ ਕਰ ਦਈਏ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ। ਜਿਹੜਾ 2014 'ਚ ਆਉਣ ਲੱਗਿਆਂ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ, ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਰਕਾਰ ਭੱਜ ਗਈ। ਉਹਦਾ ਜਵਾਬ ਕਿੰਨੇ ਦੇਣਾ ਹੈਗਾ? ਉਹ 15-15 ਲੱਖ ਵਾਲੀ ਗੱਲ ਉਹ ਮੋਦੀ ਸਰਕਾਰ ਭੁੱਲ ਗਈ, ਜਿਹੜਾ ਕਹਿੰਦੇ ਖਾਤਿਆਂ 'ਚ ਪਾ ਦਾਂਗੇ, ਬਾਅਦ 'ਚ ਕਹਿੰਦੇ ਇਹ ਜੁਮਲਾ ਸਾਬਤ ਹੋ ਗਿਆ ਵਾ। ਜਿਹੜੇ ਕਹਿੰਦੇ ਸੀ ਆਰ ਕੀ ਵੀ ਆਮਦਨ ਦੁੱਗਣੀ ਕਰ ਦਿਆਂਗੇ, ਇਹਦਾ ਕੀ ਹੋ ਗਿਆ? ਜਿਹੜੇ ਕਹਿੰਦੇ ਸਮਾਂ ਨਹੀਂ ਮਿਲ ਰਿਹਾ, ਜਿਹੜਾ 9 ਦਸੰਬਰ ਨੂੰ ਚਿੱਠੀ ਆਈ ਸੀ, 2 ਸਾਲ ਉਹਨੂੰ ਹੋ ਗਏ ਆ ਕਿ ਸਮਾਂ ਨਹੀਂ ਮਿਲਿਆ ਹੈਗਾ। ਇਹ 75-76 ਸਾਲ ਦਾ ਕਿਸਾਨਾਂ ਮਜ਼ਦੂਰਾਂ ਦੀ ਮੰਗ ਆ, ਕਿਹੜੀ ਕਿਸਾਨ ਜਥੇਬੰਦੀ ਮੰਗ ਨਹੀਂ ਕਰਦੀ ਰਹੇ
ਵੀ ਸਾਨੂੰ MSP ਗਰੰਟੀ ਕਾਨੂੰਨ ਬਣਾ ਕੇ ਜਾਂ ਜਿਹੜੀਆਂ 23 ਫਸਲਾਂ ਦਾ ਐਲਾਨ ਕਰਦੀ ਉਹਦੀ ਪ੍ਰੋਕਿਓਰਮੈਂਟ ਨਾ ਕੀਤੀ ਜਾਵੇ। ਸੋ ਝੂਠਾ ਨੈਗੇਟਿਵ ਫੈਲਾਇਆ ਜਾ ਰਿਹਾ, ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ।